ਫਿਰੋਜ਼ਪੁਰ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਜਿੱਥੇ ਕਿ ਇੱਕ ਘਰ ਦੇ ਵਿੱਚ ਤਕਰੀਬਨ ਅੱਧੀ ਰਾਤ ਨੂੰ 15-20 ਮੁੰਡਿਆਂ ਵੱਲੋਂ ਹਮਲਾ ਕਰਕੇ ਭੰਨਤੋੜ ਕੀਤੀ ਗਈ ਕਿ ਉਹਨਾਂ ਦੀ ਲੜਕੀ ਨੂੰ ਅਗਵਾ ਕਰ ਲਿੱਤਾ ਗਿਆ। ਮੌਕੇ ਤੇ ਪਹੁੰਚੇ DSP ਯਾਦਵਿੰਦਰ ਸਿੰਘ ਬਾਜਵਾ ਤੇ SHO ਜਸਵਿੰਦਰ ਸਿੰਘ ਬਰਾੜ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਮਾਮਲੇ ਦੀ ਜਾਂਚ ਕਰਦੇ ਪਏ ਆ, ਬਿਆਨ ਦਰਜ ਕਰਦੇ ਪਏ ਆ। ਜੋ ਜਾਂਚ ਵਿੱਚ ਨਿਕਲ ਕੇ ਸਾਹਮਣੇ ਆਏਗਾ ਉਸ ਮੁਤਾਬਕ ਹੀ ਮਾਮਲਾ ਜਿਹੜਾ ਉਹ ਦਰਜ ਕਰ ਦਿੱਤਾ ਜਾਏਗਾ। ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਉਸ ਘਰ ਦੀਆਂ ਜਿੱਥੇ ਕਿ ਕਾਫੀ ਭੰਨਤੋੜ ਕੀਤੀ ਗਈ ਹੈ। ਇਹ ਰਾਤ 2:45 ਦੀ ਗੱਲ ਹੈ ਸਰ, ਸਾਡੇ ਘਰ ਆ ਗਏ ਸੀ 20-25 ਬੰਦੇ ਆਏ ਨੇ, ਉਹਨਾਂ ਨੇ ਸਰ ਤੋੜ ਫੋੜ ਕੀਤੀ ਹੈ ਅਤੇ ਸਾਨੂੰ ਮਾਰਨ ਨੂੰ ਵੀ ਆਏ ਨੇ। ਉਹਨਾਂ ਨੇ ਹਥਿਆਰ ਵੀ ਚਲਾਇਆ ਸਾਰਾ ਕੁਛ ਸਰ, ਮਿਰਚਾਂ ਸੱਟ ਕੇ ਸਾਡੀ ਗੁੜੀਆ ਨੂੰ ਚੱਕ ਕੇ ਲੈ ਗਏ ਨੇ ਅਤੇ ਕਾਪੇ ਚਲਾਏ ਨੇ, ਹੱਥ ਵੀ ਮੇਰਾ ਜਾਇਜ਼ ਕੀਤਾ ਉਹਨਾਂ। ਪੁਲਿਸ ਤਾਂ ਆਈ ਹੈ, ਉਹਨਾਂ ਨੇ ਲੈ ਗਏ ਨੇ, ਇੱਕ ਵਾਰੀ ਬਿਆਨ ਚੁੱਕ ਕੇ ਬੋਲ ਰਹੇ ਨੇ ਕਾਰਵਾਈ ਕਰਾਂਗੇ। ਅਜੇ ਤੱਕ ਕੋਈ ਸਾਨੂੰ ਮਿਲੇ ਨਹੀਂ। ਕੀ ਕੀ ਨੁਕਸਾਨ ਕਰ ਗਏ ਤੁਹਾਡਾ? ਨੁਕਸਾਨ ਸਰ ਘਰ ਦਾ ਨੁਕਸਾਨ ਸਾਰਾ ਕਰ ਗਏ ਨੇ, ਦਰਵਾਜ਼ੇ ਸੀ ਸਰ। ਇਹ ਇੱਕ ਨੀਲਮ ਰਾਣੀ ਆ ਅਤੇ ਇੱਕ ਲੜਕਾ ਹੈ ਸ਼ੰਗਰਾਏ ਧਾੜ ਦਾ ਮਨਦੀਪ ਸਿੰਘ, ਉਹਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਹਦੇ ਨਾਲ ਮੇਰੀ ਜਿਹੜੀ ਪਹਿਲਾਂ ਕੋਰਟ ਮੈਚ ਹੋਈ ਹੈ, ਜੋ ਲੇਕਿਨ ਲੜਕੀ ਜਿਹੜੀ ਆਪਣੇ ਇੱਥੇ ਪੇਕੇ ਘਰ ਹੀ ਰਹਿ ਰਹੀ ਸੀ। ਲੜਕੀ ਵੱਲੋਂ ਇਹ ਸੀਗਾ ਕਿ ਇਹ ਮੇਰੇ, ਮੈਂ ਇਹਦੇ ਨਾਲ ਕੋਈ ਮੈਰਿਜ ਨਹੀਂ ਕੀਤੀ, ਇਹ ਮੇਰੀ ਜਿਹੜਾ ਸਰਟੀਫਿਕੇਟ ਬਣਾਇਆ ਗਿਆ ਆ, ਫੇਕ ਬਣਾਇਆ ਗਿਆ। ਲੇਕਿਨ ਅੱਜ ਰਾਤ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਇਹ ਦੋਸ਼ ਲਾਇਆ ਗਿਆ ਕਿ ਮਨਦੀਪ ਸਿੰਘ ਅਤੇ ਉਹਦੇ ਨਾਲ ਕੁਛ ਹੋਰ ਜਾਣੇ ਆ ਕੇ ਅਤੇ ਅੱਜ ਸਵੇਰੇ ਇਹਨਾਂ ਦਾ ਇੱਥੇ ਘਰ ਦੀ ਭੰਨਤੋੜ ਕੀਤੀ ਅਤੇ ਉਹ ਲੜਕੀ ਮਨਦੀਪ ਕੌਰ ਨੂੰ ਆਪਣੇ ਨਾਲ ਗੁਰਸ਼ਨ ਗ੍ਰਿਫਤਾਰ ਕਰ ਲਈ ਗਿਆ।